ਸਿੱਧੂ ਨਾਲੋਂ ਪਹਿਲਾਂ ਵੀ ਲੋਕ ਬੈਠੇ ਨੇ, ਸਿੱਧੂ ਵੀ ਠੀਕ ਆ, ਬਾਕੀ ਵੀ ਠੀਕ ਨੇ। ਜਿਹਨੂੰ ਸੋਨੀਆ ਗਾਂਧੀ ਬਣਾਏਗੀ, ਜਿਹਨੂੰ ਹਾਈ ਕਮਾਂਡ ਬਣਾਉਂਦੀ ਉਹ ਮੁੱਖ ਮੰਤਰੀ ਬਣਦਾ। ਦੇਖੋ ਫੈਸਲਾ, ਮਨਮੋਹਨ ਸਿੰਘ ਨੂੰ ਵੀ ਕਾਂਗਰਸ ਪਾਰਟੀ ਨੇ ਪ੍ਰਾਈਮ ਮਿਨਿਸਟਰ ਬਣਾਇਆ ਸੀ। ਹੁਣ ਵੀ ਕੋਈ ਵੀ ਫੈਸਲਾ ਕਰਦੀ ਆ, ਕੋਈ ਵੀ ਪ੍ਰਦੇਸ਼ ਦਾ ਪ੍ਰਧਾਨ ਬਣਾਉਣਾ, ਡਿਸਟ੍ਰਿਕਟ ਦਾ ਪ੍ਰਧਾਨ ਬਣਾਉਣਾ, ਸਟੇਟ ਦਾ ਮੁੱਖ ਮੰਤਰੀ ਬਣਾਉਣਾ, ਕਾਂਗਰਸ ਪਾਰਟੀ ਹੀ ਬਣਾਉਂਦੀ।